ਨਾ ਦਿੰਦੋ ਸੀ ਦੇਖ ਰਿਹਾ ਹੋਂ ਫਕੀਰੀ ਰੰਗ ਚੈਨਲ ਇੱਕ ਕਰੇ ਫਿਰ ਹਾਜ਼ਰ ਆ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ حضرت سیدنا شیخ عبد القادر شاہ ਜ਼ਿਲਾਨੀ ਮਹਿਬੂਬੁਲ ਸੁਬਹਾਨੀ ਕੁਤਬਰਵਾਨੀ ਬਲੀਆਂ ਦੇ ਬਲੀ ਪੀਰਾਂ ਨੇ ਪੀਰ ਦਸਤਗੀਰ ਪੀਰ ਮੀਰਾ ਗੌਂਸਪਖ ਸਰਕਾਰ ਜੀ ਦੀ 11ਵੇਂ ਸ਼ਰੀਫ ਦਾ ਸੁਨੇਹਾ ਆਪ ਜੀ ਦੇ ਨਾਲ ਸੰਚਾਰਾਂਗਾ ਕਿ ਆਪ ਜਾਣਦੇ ਹੋ ਕਿ ਜਿਹੜਾ ਚੰਦ ਹੈ ਉਹ ਚੜ ਚੁੱਕਾ ਹੈ। ਤੋਂ 11ਵਾਂ ਸ਼ਰੀਫ ਦੇ ਜਿਹੜੇ ਦਿਨ ਸ਼ੁਰੂ ਨੇ ਇਹ ਖਾਸ ਦਿਨ ਹੁੰਦੇ ਨੇ ਬੰਦਗੀ ਦੇ ਲਈ ਇਬਾਦਤ ਦੇ ਲਈ ਸਰਕਾਰਾਂ ਨੂੰ ਯਾਦ ਕਰਨਾ ਉਹਨਾਂ ਦੇ ਨਾਮ ਦਾ ਜ਼ਿਕਰ ਕਰਨਾ ਮਾਲਕ ਨੂੰ ਯਾਦ ਕਰਦੇ ਹੋਏ ਆਪਣੇ ਦਿਲ ਦੀਆਂ ਗਹਿਰਾਈਆਂ ਜੋ ਸਲਾਮ ਭੇਜਣਾ ਦਰੂਦ ਸਲਾਮ ਭੇਜਣਾ ਤੋਂ ਨੇਕ ਤੇ ਜਾਇਜ਼ ਦੁਆਵਾਂ ਸਰਕਾਰ ਨੂੰ ਕਰਨੀਆਂ। ਤੋਂ ਇਸ ਵਾਰ ਜੋ 11ਵਾਂ ਸ਼ਰੀਫ ਹੈ 25 ਤਰੀਕ ਹੈ ਤੇ ਦਿਨ ਸ਼ਨੀਵਾਰ ਹੈ। 11ਵਾਂ ਮਹੀਨਾ 25 ਤਰੀਕ ਦੇ ਦਿਨ ਸ਼ਨੀਵਾਰ ਨੂੰ ਪੀਰ ਮੀਰਾ ਗੌਂਸ ਬਖ ਸਰਕਾਰ ਜੀ ਦੀ 11ਵੀਂ ਸ਼ਰੀਫ ਦਾ ਦਿਨ ਹੈ। ਤੋਂ ਸਾਰਿਆਂ ਨੇ ਨੇਕ ਤੇ ਜਾਇਜ਼ ਦੁਆਵਾਂ ਕਰਦੇ ਹੋਏ ਸੈਯਦ ਨਾ ਪੀਰ ਮੀਰਾ ਗੌਂਸ ਬਖ ਸਰਕਾਰ ਜੀ ਨੂੰ 11ਵੀਂ ਦਾ ਖਤਮ ਦਵਾਉਣਾ। ਕਿਉਂਕਿ ਸਰਕਾਰ ਸਦਾ ਆਪਣੇ ਮੁਰੀਦਾਂ ਦੀ ਬਾਹ ਫੜ ਕੇ ਰੱਖਦੇ ਨੇ। ਉਹਨਾਂ ਨੂੰ ਔਖੇ ਵੇਲੇ ਪਾਰ ਵੀ ਲਾਉਂਦੇ ਨੇ। ਪਰ ਜਿਹੜਾ ਮਰਜੀਦ ਹੈ ਉਹਦਾ ਅਕੀਦਾ ਪੱਕਾ ਹੋਣਾ ਚਾਹੀਦਾ। ਉਹਦਾ ਵਿਸ਼ਵਾਸ ਜਿਹੜਾ ਹੈ ਉਹ ਪੱਕਾ ਹੋਣਾ ਚਾਹੀਦਾ। ਅੱਜ ਵੀਰਵਾਰ ਦਾ ਦਿਨ ਹੈ ਇਸ ਵੀਰਵਾਰ ਦੇ ਦਿਨ ਦੇ ਉੱਪਰ ਆਪ ਜੀ ਦੇ ਨਾਲ ਮੇਰਾ ਗੌਂਸਪਕ ਸਰਕਾਰ ਜੀ ਦੀ 11ਵੀਂ ਸ਼ਰੀਫ ਦਾ ਸੁਨੇਹਾ ਸਾਂਝਾ ਕੀਤਾ ਕਿਉਂਕਿ ਇੱਕ ਤਾਂ ਹੋਰ ਪੜਿਆ ਕਿ ਜਿਹੜਾ ਸੱਚੇ ਦਿਲ ਵਾਲਾ ਹੈ ਮੇਰਾ ਗੌਂਸਪਕ ਸਰਕਾਰ ਉਸ ਦੀ ਬਾਹ ਫੜਦੇ ਨੇ ਪਰ ਪਹਿਲੇ ਇਮਤਿਹਾਨ ਬਹੁ ਲੈਂਦੇ ਨੇ ਜਦੋਂ ਇਮਤਿਹਾਨ ਲੈਂਦੇ ਨੇ ਜਦੋਂ ਇਨਸਾਨ ਪਾਸ ਹੋ ਜਾਂਦਾ ਹੈ ਇਮਤਿਹਾਨ ਦੇ ਵਿੱਚ ਤੇ ਫਿਰ ਮੇਰਾ ਗੌਂਸਪਕ ਸਰਕਾਰ ਵੀ ਉਹਨਾਂ ਨੂੰ ਪਾਸ ਕਰ ਦਿੰਦੇ ਨੇ ਤੇ ਫਿਰ ਉਹਨਾਂ ਦਾ ਹੋਰ ਕਿਤੇ ਵੀ ਕੋਈ ਇਮਤਿਹਾਨ ਨਹੀਂ ਹੁੰਦਾ ਜਦੋਂ ਇੱਕ ਵਾਰੀ ਮੇਰਾ ਗੌਰਮਸਪਸਰਕਾਰ ਜੀ ਦੇ ਪੇਪਰਾਂ ਤੋਂ ਬੰਦਾ ਪਾਸ ਹੋ ਜਾਂਦਾ। ਤੋਂ ਇਸ ਤਰ੍ਹਾਂ ਕਿ ਆਪਾਂ 11ਵੀਂ ਦੀ ਖਤਮ ਦਵਾਉਂਦੇ ਆ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ, ਖੁਸ਼ਕਿਸਮਤ ਦੀ ਗੱਲ ਹੈ। ਕਿਉਂਕਿ ਸਰਕਾਰ ਜੀ ਦਾ ਕਾਲ ਹੈ ਕਿ ਬਿਨਾ ਉਹਨਾਂ ਦੀ ਇਜਾਜ਼ਤ ਤੋਂ ਆਪਾਂ ਉਹਨਾਂ ਦਾ ਨਾਮ ਵੀ ਨਹੀਂ ਲੈ ਸਕਦੇ ਤੇ ਅਸੀਂ ਸਰਕਾਰ ਜੀ ਦੀ 11ਵੀਂ ਦਵਾਉਂਦੇ ਆ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ। ਕਿਉਂਕਿ ਆਪਣੇ ਇਸ ਚੈਨਲ ਦੇ ਨਾਲ ਬਹੁਤ ਸਾਰੇ ਲੋਕ ਬਹੁਤ ਸਾਰੇ ਮੁਰੀਦ ਜੀ ਨੇ ਉਹ ਗੈਰਮੀ ਖਤਮ ਕਰਦੇ ਨੇ ਤਾਂ ਆਪਾਂ ਇੱਕ ਦੋ ਵਾਰੀ ਅਸੀਂ ਇਹ ਹੋਰ ਸਾਂਝਾ ਕਰਾਂਗੇ ਤਾਂ ਬੇਜਾਰੀਸ਼ ਹੈ ਕਿ ਇਹ ਸਨੇਹਾ ਸਾਰਿਆਂ ਦੇ ਨਾਲ ਸਾਂਝਾ ਜ਼ਰੂਰ ਕਰ ਦੇਣਾ ਤਾਂ ਜੋ ਕੋਈ ਰਹਿ ਨਾ ਜਾਵੇ ਸੋ ਫਿਰ ਮੇਰਾ ਗੋਣਸਪਕ ਸਰਕਾਰ ਜੀ ਕਰਮ ਕਰਨਗੇ ਨਜ਼ਰੇ ਕਰਮ ਕਰਨਗੇ ਅਜਲੇ ਨਹੀਂ ਜਲਦ ਹਾਜ਼ਰ ਹੋਮਗਨਵੇਂ ਵੀਡੀਓ ਨਾਲ ਤਦ ਤੱਕ ਲਿਖ ਮੁਰਸ਼ਦ ਸੱਚ ਮੁਰਸ਼ਦ